ਉਹ ਕਹਿੰਦੇ ਵੀ ਅੰਗੇਜਮੈਂਟ ਤਾਂ ਕਰ ਦਾਂਗੇ ਤੇ ਪਰ ਵਿਆਹ ਤੋਂ ਪਹਿਲਾਂ ਕੋਠੀ ਹੋਣੀ ਜ਼ਰੂਰੀ ਆ। ਕਹਿੰਦੇ ਸਾਡਾ ਵੀ ਰਿਸ਼ਤੇਦਾਰੀ 'ਚ ਨੱਕ ਹੈ, ਜੇ ਹੁਣ ਇਹੋ ਜਿਹੇ ਘਰੇ ਅਸੀਂ ਆਪਦੇ ਰਿਸ਼ਤੇਦਾਰ ਲੈ ਕੇ ਆ ਕੇ ਸਾਡੀ ਤਾਂ ਇੱਜ਼ਤ ਖਰਾਬ ਹੋ ਜੂਗੀ। ਹੈਲੋ ਨਾਨਾ। ਅਰ ਕੌਣ ਬੋਲਦਾ ਬਾਈ? ਸਤਿ ਸ਼੍ਰੀ ਅਕਾਲ, ਮਨਿੰਦਰ ਬੋਲਦੀ ਆ ਨਾਨਾ। ਦੇਖ ਮੇਰੀ ਗੱਲ ਸੁਣ, ਚਾਹੇ ਰਾਜੀ ਰਹਿ ਚਾਹੇ ਗੁੱਸੇ ਰਹਿ, ਇਹ ਰਿਸ਼ਤਾ ਨਹੀਂ, ਇਹ ਤਾਂ ਸੌਦਾਬਾਜ਼ੀ ਹੈ। ਤੂੰ ਉਸੇ ਗੱਲਾਂ ਤੇ ਫੇਰ ਆ ਗਈ, ਸੌਦਾ ਕਾਹਦਾ ਸੌਦਾ ਕਰ ਲਿਆ ਤੇਰੇ ਨਾਲ? ਉਹਨਾਂ ਨੇ ਸ਼ਰਤ ਰੱਖੀ ਹੈਗੀ। ਸ਼ਰਤਾਂ ਰੱਖਦੇ ਨੇ? ਹਾਂ, ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ, ਮੈਨੂੰ ਸੁੱਖ ਨੂੰ ਮਿਲਾਓ, ਮੈਂ ਤਾਂ ਸੱਚ ਸਭ ਕੁਝ ਉਹ ਦੱਸੂਗਾ, ਆਖਿਰ ਗੱਲ ਕੀ ਸੀਗੀ? ਇੰਨੀਆਂ ਮੈਂ ਜੁੱਤੀ ਲਾ ਲੂੰ ਕੁੜੀਆਂ, ਮੈਂ ਤੈਨੂੰ ਤਿੰਨ ਚਾਰ ਵਾਰੀ ਕਹਤਾ, ਮੈਂ ਇਹੋ ਜਿਹਾ ਹੈ ਨਹੀਂ, ਤੂੰ ਸ਼ਰਮ ਕਿਉਂ ਨਹੀਂ ਮੰਨਦੀ ਉਮਰ ਦਾ? ਲੈ ਅੱਜ ਕੱਲ੍ਹ ਦਾ ਮਾੜਾ ਮੋਟਾ ਛੋਟੇ ਬੱਟੇ ਦਾ ਮੈਂ ਆ ਨਾਨਾ ਮਨਿੰਦਰ। ਨਹੀਂ ਤੇਰਾ ਫੇੜਾ ਵਜੇ ਮਨਿੰਦਰ, ਉਹ ਤੈਨੂੰ ਇਹੋ ਜਿਹੀ ਨੂੰ ਰੱਬ ਲੈ ਜੇ, ਐਂ ਮੂੰਹ ਬੰਦਾ ਜਿਵੇਂ ਨੀਰੀ ਵਾਲੇ ਬਣਨਾ ਆਉਂਦਾ। ਮੀਂਹ ਵੀ ਬੜਾ ਆਇਆ ਦਾਵੜ ਸਿੱਟ ਦਾ ਤੇ ਹੋਰ ਕੁੜੇ ਖੜਾਈ ਇੱਥੇ ਲਾਈਨ ਸਾਈਡ ਤੇ ਲਾਈਨ ਸਾਈਡ ਕੀ ਹੋ ਗਿਆ ਕੀ ਹੋ ਗਿਆ ਸਾਈਡ ਤੇ ਜ਼ਿਆਦਾ ਕਹਿਣ ਕੇ ਓਹੋ ਹਾਂ ਮੈਂ ਕਹਣਾ ਹਾਂ ਜਲੇਬੀਆਂ ਦੀ ਦੁਕਾਨ ਕਿੱਥੇ ਹੈ? ਜਲੇਬੀਆਂ ਲੈ ਲਈਏ, ਪਰ ਖਾਲੀ ਹੱਥ ਜਾਂਦਾ ਚੰਗਾ ਨਹੀਂ ਲੱਗਦਾ ਕੁੜੀ ਨਾ 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 ਕਿਉਂ ਜਲੂਸ ਕੱਢਦਾ? ਜਲੇਬੀਆਂ ਅੱਗੋਂ ਲੈ ਕੇ ਦੇ ਦੂੰਗੇ, ਇੱਥੇ ਕਿਹੜੀਆਂ ਜਲੇਬੀਆਂ ਨੇ? ਆਹਾ ਬੈਰੰਗ ਦੇ ਛਾਪੇ ਬਣੇ, ਇਹ ਸਪੇਅਰ ਪਾਰਟ ਦੀ ਦੁਕਾਨ ਹੈ। ਹਾਂ ਹੈਗੀ ਤਾਂ ਉਹੀ ਆ, ਮੈਂ ਤਾਂ ਦੋ ਖੜਾ ਹਾਂ ਪਿਛਲੀ ਜਿਹੜਾ ਆਪਣਾ ਬੈਰੰਗ ਦਾ ਟੁੱਟਿਆ ਪਿਆ ਖੂੰਡੀਆਂ ਆ ਮੈਂ ਲਿਆਇਆ ਦੋ। ਉਹ ਮੀਂਹ ਦੇਖ ਨਾ ਨਾ ਕਿੰਨਾ ਪਈ ਜਾਂਦਾ, ਉਹ ਵੀ ਹੁਣ ਰੋਜ਼ ਕਿਹੜਾ ਨਿਕਲਿਆ ਜਾਂਦਾ ਘਰੋਂ, ਮਿੰਟ ਦੋ ਖੜ ਫਰਬ ਦੇਖੀ ਕੰਮ ਜਿਹੜਾ ਬਣ ਜਾ ਉਹਦੇ ਵਰਗੀ ਰੀਜ ਨਹੀਂ, ਮਤਲਬ ਮਿੰਟ ਦੋ ਖੜਾ ਮੈਂ ਆ ਗਿਆ। ਤੁਸੀਂ ਉਹੀ ਪਿੰਡਾਂ ਦੀ ਮੱਤ ਕਿਉਂ ਵਰਤਦੇ ਹੁੰਦੇ ਹੋ? ਫੇਰ ਕਿਤੇ ਲੈ ਲਾਂਗੇ, ਫੇਰ ਕਿੱਥੇ ਆ ਜਾਂਦਾ ਹੈ ਬਾ ਨੀ ਤੇਰੇ ਕੰਮ ਜੀ, ਮਿੰਟ ਦੋ ਖੜਾ ਜਮਾ ਜਰੂਸ ਕਢਾਤਾ। ਗੋਰਾ ਲਾਲ ਕਾਰ ਸਪੇਅਰ ਪਾਰਟ ਠੀਕ ਹੈ ਕਿਹੜੀ? ਹਾਂ ਕਰਾਉ ਨਾਨਾ, ਮੈਨੂੰ ਲੱਗਦਾ ਨਾ ਤੇ ਇਹੀ ਕਰਾ ਕੇ ਜਾਊ, ਜੜਾਂ 'ਚ ਤੇ ਇਹੀ ਬੈਠੂ ਨਾਨਾ, ਮੈਂ ਤਾਂ ਗਲਤੀ ਕਰ ਲਈ ਸੱਦ ਕੇ। ਆ ਜਾ ਨਾਨਾ ਆ ਜਾ, ਸਮਾਨ ਤਾਂ ਵਧੀਆ ਦੀ ਖਰਾ ਹਾਂ, ਰੇਟ ਬੜਾ ਤਾਂ ਨਹੀਂ ਪੈਂਦਾ ਹੈ ਰਵੀ। ਬਾਪੂ ਕੰਮ ਹੀ ਨਹੀਂ ਕਰਦਾ ਹੈਗਾ ਕੋਈ, ਸਾਰਾ ਦਿਨ ਸੱਥ 'ਚ ਬੈਠਾ ਗੱਲਾਂ ਮਾਰੀ ਜਾਂਦਾ। ਬੇਬੇ ਉਹ ਗੱਲ ਸੁਣੀ ਬੇ, ਆ ਗਈ ਕੀ ਕੰਮ ਇਹ ਜਾ? ਹਾਂ ਦੱਸ ਕੀ, ਸਾਰਾ ਦਿਨ ਰਸੋਈ 'ਚ ਬੜੀ ਰਹਿੰਦੀ ਹੈ, ਭਾਂਡੇ ਮਾਂਜ ਕੇ ਉਹ ਧੋਣ ਵਾਲੀਆਂ ਪਈਆਂ ਪਲੇਟਾਂ ਜੀਆਂ, ਕਿੱਦੇ ਨੇ ਕੁੱਕ ਕਹਿ ਦਿਆ ਕਰ, ਮਾੜਾ ਮੋਟਾ ਬਾਪੂ ਨੂੰ ਕਰ ਦਿਆ ਕਰੂ, ਆ ਸਾਰਾ ਕੰਮ ਮੇਰੇ ਤੇ ਪਾ ਰੱਖਿਆ। ਬਾਪੂ ਦਾ ਤੇਰੇ ਦਾ ਮੈਂ ਕੀ ਕਰਾਂ, ਪਤਾ ਨਹੀਂ ਕਿੱਧਰ ਨੂੰ ਲੰਘ ਗਿਆ, ਮੈਂ ਤਾਂ ਨਾ ਮਹਾ ਕਿੱਦੇ ਦੀਆਂ ਡੱਬੇ 'ਚ ਬੰਦ ਕਰੀਆਂ ਪਈਆਂ ਦੀਆਂ ਪਲੇਟਾਂ ਜੀਆਂ, ਧੋਲਾਂ ਬੜੀਆਂ ਜੀਆਂ ਮਖਾ ਉਹ ਕਰੀ ਜਾਂਦੇ ਹੁੰਦੇ ਆ। ਮਨਿੰਦਰ ਨਹੀਂ ਦਿਖਦੀ ਗੀ? ਮਨਿੰਦਰ ਨਾ ਉਹਦਾ ਨਾਨਾ ਆ ਰਿਹਾ, ਉਹਨੂੰ ਲੈਣ ਗਈ ਹੈ, ਤਾਂ ਹੀ ਤਾਂ ਪਲੇਟਾਂ ਧੋਣ ਲੱਗ ਰਹੀ ਸੀ। ਸੱਚ ਮੈਂ ਤੈਨੂੰ ਇੱਕ ਗੱਲ ਦੱਸਣੀ ਸੀ। ਹਾਂ ਉਹ ਜੀਤਾਂ ਦੀ ਭੈਣ ਨਹੀਂ ਹੈਗੀ ਗਗਨ? ਹਾਂ ਉਹਦਾ ਫੋਨ ਜਾ ਆਇਆ ਸੀ ਮੈਨੂੰ, ਮਿਲ ਕੇ ਗਏ ਨੇ ਉਹ, ਘਰੇ ਵੀ ਆਏ ਸੀਗੇ। ਘਰੇ ਆਏ ਸੀ, ਨਾਲ ਤੇਰੀ ਭੂਆ ਸੀ ਉਹ ਚੋਰੀ। ਆਹੋ ਭੂਆ ਵੀ ਨਾਲ ਆਏ ਸੀਗੀ, ਮੈਨੂੰ ਕਹਿੰਦੀ ਗਲਤੀ ਹੋ ਗਈ ਸਾਡੇ ਤੋਂ, ਮੈਂ ਜਦੋਂ ਅਸੀਂ ਕਹਿੰਦੇ ਸੀ ਉਹ ਤਾਂ ਮੰਨੀਆਂ ਨਹੀਂ ਹੈਗੀਆਂ। ਬਥੇਰਾ ਮੈਂ ਤਾਂ ਉਰੇ ਅੰਤੀ ਨਹੀਂ ਛੱਡਾ, ਤੇਰਾ ਪਿਓ ਤਾਂ ਹਲੇ ਮਾਰਦਾ ਸੀ ਮਿੱਠੇ ਪੋਚੇ ਜੇ, ਪਰ ਮੈਂ ਤਾਂ ਨਾ ਜਿੰਨਾ ਮੇਰੇ ਮਨ 'ਚ ਗੁੱਸਾ ਸੀ ਸਾਰਾ ਕੱਢ ਲਿਆ, ਐਂ ਹੱਥ ਬੰਨੀ ਬੈਠੀ ਰਹੀ। ਹਲੇ ਤਾਂ ਇੱਕ ਹੋਰ ਦੂਸ਼ਣ ਲਾਉਂਦੇ ਨੇ, ਹਾਂ ਕਹਿੰਦੇ ਵੀ ਮਰਨ ਵਾਲੀ ਤਾਂ ਮਰ ਗਈ, ਦੱਸ ਜਵਾਕ ਨਾਲ ਤੇਰਾ ਕੀ ਗੁੱਸਾ ਦੱਸ। ਹਾਂ ਮੈਂ ਤਾਂ ਸਿੱਧਾ ਸਪਸ਼ਟ ਕਹਿਤਾ, ਮਾਂ ਮੇਰੀ ਸੁਣ ਲੈ ਗੱਲ, ਮਾਂ ਸਾਡਾ ਸੁਡਾ ਨਹੀਂ ਆ ਕੇ ਤੁਹਾਡੇ ਘਰ ਦਾ ਚਿਰਾਗ ਹੈ, ਮੈਂ ਸਾਡੇ ਘਰ ਦਾ ਨਹੀਂ ਚਿਰਾਗ ਚਰੂਗ ਹੈਗਾ, ਜਿਹਦੇ ਨਾਲ ਭੱਜੀ ਸੀ ਮਾਂ ਆਪਦੀ ਮਾਂ ਕੋਲੋਂ, ਉਹਦੀ ਔਲਾਦ ਚੱਕੀ ਫਿਰਦੀ ਆ ਇਹ ਮਾਂ। ਮੈਂ ਉਹਨੂੰ ਐਂ ਕਿਹਾ ਸੀ, ਮਾਂ ਵੀ ਮੇਰਾ ਘਰ ਨਹੀਂ ਜਾੜਿਆ ਉਹਨੇ ਇਕੱਲਾ, ਪਤਾ ਨਹੀਂ ਕਿੰਨੇ ਘਰ ਜਾੜਨ ਨੂੰ ਫਿਰਦੀ ਆ। ਤੇਰੇ ਪਿਓ ਨੇ ਵੀ ਆਹੀ ਗੱਲ ਕਰੀ ਸੀ, ਕਹਿੰਦਾ ਭਾਈ ਸਾਡਾ ਨਹੀਂ ਹੈਗਾ ਉਹ ਜਵਾਕ, ਖਬਰ ਕੀ ਦਾ ਕਹਿੰਦਾ। ਬੜਾ ਚੰਗਾ ਹੈ ਸਮਝਦੇ ਸੀ ਉਹਨੂੰ, ਸਾਰੀਆਂ ਗੱਲਾਂ ਕਲੀਅਰ ਕਰਕੇ ਤੋਰੀਆਂ ਨੇ, ਤੌਬਾ ਤੌਬਾ ਕਰਦੇ ਸੀਗੇ, ਕੰਨਾਂ ਨੂੰ ਲਾਉਂਦੇ ਸੀ ਹੱਥ। ਕੰਨਾਂ ਨੂੰ ਹੱਥ ਤਾਂ ਉਰੀ ਲਾ ਬੈਠੀ ਸੀ, ਮੈਨੂੰ ਤਾਂ ਨਾ ਬਾਹਲਾ ਗੁੱਸਾ ਚੜਾ, ਮੈਂ ਤਾਂ ਖੜੀ ਹੋ ਗਈ, ਮੈਂ ਤਾਂ ਆਖਿਆ ਮਾਂ ਬਾਹਰੋਂ ਪਿਆ, ਚੁੱਪ ਕਰਕੇ ਤੁਰ ਜਾ ਮਾਂ ਮੇਰੇ ਕੋਲੋਂ। ਮੈਂ ਤਾਂ ਹੱਥ ਜੋੜ ਕੇ ਆਇਆ, ਮੈਂ ਕਿਹਾ ਸਾਡੇ ਘਰੇ ਮਾੜਾ ਮੋਟਾ ਹੁਣ ਸੁੱਖ ਦਾ ਪਹਿਰਾ ਆਇਆ, ਸਾਡੇ ਘਰੇ ਕਲੇਸ਼ ਨਾ ਪਾਓ, ਜਿਹੜਾ ਕੁਛ ਹੋਣਾ ਸੀ ਹਵਾ ਗਿਆ, ਜਦੋਂ ਤੁਹਾਡੇ ਨਾਲ ਐਡਾ ਕੁਛ ਹੋ ਰਿਹਾ ਸੀ ਉਦੋਂ ਤਾਂ ਤੁਹਾਨੂੰ ਚੰਗੀ ਲੱਗਦੀ ਸੀ ਉਹ। ਕਿਹਾ ਤਾਂ ਤੇਰੇ ਪਿਓ ਨੇ ਵੀ ਐਂ ਸੀ, ਤੇਰੇ ਪਿਓ ਨੇ ਬਥੇਰੇ ਝਾੜ ਝਾੜ ਛਿੱਤਰ ਲਾਏ ਪਹਿਲਾਂ ਤਾਂ, ਕਹਿੰਦਾ ਹੁਣ ਤੈਨੂੰ ਮੇਰਾ ਘਰ ਦੀ ਗਿਆ, ਕਹਿੰਦੇ ਜਦੋਂ ਮੈਂ ਤੈਨੂੰ ਕਹਿੰਦਾ ਸੀ ਉਦੋਂ ਤਾਂ ਕਹਿੰਦਾ ਮੈਂ ਤੈਨੂੰ ਦਿਸਿਆ ਨਹੀਂ ਹੈਗਾ, ਹੁਣ ਤੈਨੂੰ ਘਰ ਵੀ ਦੀਗਾ ਮੈਂ ਵੀ ਦੀਗਾ, ਹੁਣ ਤੂੰ ਕਹਿੰਦਾ ਭੱਜੀ ਆਈ ਆ ਮੂੰਹ ਚੱਕੀ। ਬਾਪੂ ਨੂੰ ਇੰਨਾ ਮਾੜਾ ਚੰਗਾ ਬੋਲੀ ਤੀ ਭੂਆ,
ਤਾਂ ਹੀ ਤਾਂ ਇਹਨੇ ਕਿਹਾ ਸੀ ਤੇਰੇ ਪਿਓ ਨੇ। ਫਿਰ ਮੈਂ ਤਾਂ ਆਪ ਭਾਈ ਇੰਨੀਆਂ ਕੁ ਸੁਣਾਈਆਂ ਪਰ ਫਿਰ ਜਦੋਂ ਜ਼ਿਆਦਾ ਜੰਮੀ ਮੈਂ ਦੁਪਹਿਰਾਂ 'ਚ ਬੈਠੀ ਹਾਂ ਮਾਫ਼ੀ ਮੰਗਦੀ ਹਾਂ ਹੱਥ ਜੋੜ ਕੇ, ਫਿਰ ਤੇਰਾ ਪਿਆ ਕਹਿੰਦਾ ਚੱਲ ਇਹਨਾਂ ਨੂੰ ਚਾਹ ਪਾਣੀ ਪਿਆ ਕਹਿੰਦਾ। ਇੱਕ ਗੱਲ ਤਾਂ ਹੈਗੀ ਹੈ ਮਾਂ, ਜਿਹੋ ਜਿਹਾ ਕਰੋਗੇ ਉਹੋ ਜਿਹਾ ਭਰਨਾ ਪੈਂਦਾ। ਹਾਂ ਇਹ ਤਾਂ ਜਿਹੜੇ ਕਹਿੰਦੇ ਨੇ ਪਰਮਾਤਮਾ ਹੈ ਨਹੀਂ, ਪਰਮਾਤਮਾ ਬਿਨਾਂ ਕੁਛ ਨਹੀਂ ਹੈਗਾ ਇੱਥੇ। ਪੁੱਤ ਉਹਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਨਹੀਂ ਝੂਲਦਾ। ਚੱਲ ਹੁਣ ਮੂਡ ਨਾ ਖਰਾਬ ਕਰ, ਜਿਹੜਾ ਕੁਛ ਹੋਣਾ ਸੀ ਹੋ ਗਿਆ। ਤੂੰ ਮੈਨੂੰ ਐਂ ਦੱਸ ਵੀ ਨਾਨਾ ਕਾਹਦੇ ਵਾਸਤੇ ਬੁਲਾ ਲਿਆ ਮਨਿੰਦਰ ਨੇ? ਮਨਿੰਦਰ ਨੇ ਨਾਨਾ ਬੁਲਾਇਆ ਠਿਕਾਣਾ ਦਿਖਾਉਣ ਵਾਸਤੇ। ਕਹਿੰਦੀ ਉਹਦੀ ਮਾਂ ਨੇ ਕਿਹਾ ਹੋਊਗਾ ਵੀ ਮੇਰਾ ਪਿਓ ਹੋਊਗਾ, ਦੇਖ ਕੇ ਜਾਊ ਨਾਲੇ ਮੁੰਡੇ ਨੂੰ ਨਾਲੇ ਘਰ ਨੂੰ। ਚੱਲ ਚੰਗਾ, ਖਾਣ ਪੀਣ ਨੂੰ ਹੈਗਾ ਕੁਛ ਕੁ ਲੈ ਕੇ ਆਵਾਂ? ਐਂ ਕਰ ਤੂੰ ਨਾ ਸਮੋਸੇ ਫੜ ਲੈ, ਉਦੋਂ ਮੈਂ ਮਨਿੰਦਰ ਨੂੰ ਵੀ ਕਿਹਾ ਸੀ, ਪਤਾ ਨਹੀਂ ਲਿਆਊਗੀ ਪਤਾ ਨਹੀਂ ਨਾ ਕਿੰਨਾ ਚਿਰ ਹੋ ਗਿਆ। ਚੱਲ ਮੈਂ ਲਿਆ ਨਾ, ਤੂੰ ਬਾਪੂ ਨੂੰ ਫੋਨ ਕਰਕੇ ਦੇਖ ਲੈ, ਕਹਿੰਦੇ ਘਰੇ ਆ ਜਾ ਕਰ, ਸਾਰਾ ਦਿਨ ਉੱਥੇ ਸੱਥ 'ਚ ਬੈਠਾ ਮਰ ਜਾਂਦਾ ਅਰਲੀਆਂ ਪਰਲੀਆਂ। ਬਈ ਚੱਲ ਕੋਈ ਨਾ, ਸੁਣ ਲੈਣ ਦੇ ਉਰਾਂ ਪਰਾਂ ਦੀਆਂ, ਘਰੇ ਤਾਂ ਆਪਾਂ ਕਰ ਹੀ ਲੈਂਦੇ ਹਾਂ ਕੰਮ, ਹੁਣ ਤਾਂ ਮੇਰੇ ਮਨ ਨੂੰ ਵੀ ਹੌਸਲਾ ਜਫ ਰਿਹਾ, ਹੁਣ ਤਾਂ ਮੈਂ ਵੀ ਕਰ ਲੈਂਦੇ ਹਾਂ ਕੰਮ ਦਾ। ਮਨ 'ਤੇ ਬੋਝ ਨਾ ਰੱਖੀ ਭੂਆ ਹੋਰੀਆਂ ਦੀਆਂ ਗੱਲਾਂ ਦਾ, ਜਿਹੜਾ ਕੁਛ ਹੋਣਾ ਸੀ ਆਪਾਂ ਨੇ ਉਹ ਤੋਂ ਕੁਛ ਨਹੀਂ ਲੈਣਾ, ਮਾੜੀ ਦੇ ਕਰਨ ਵਾਲਾ ਆਪੇ ਮਰ ਗਿਆ। ਇਹ ਤਾਂ ਹੈ ਪੁੱਤ, ਮੈਂ ਤਾਂ ਜਿਵਾਂ ਨਹੀਂ ਮਨ 'ਤੇ ਬੋਝ ਰੱਖਦੀ, ਹੁਣ ਤਾਂ ਬਸ ਮੇਰੀ ਇਹੀ ਉਮੀਦ ਹੈ ਵੀ ਮੇਰੇ ਪੁੱਤ ਦਾ ਘਰ ਵੱਸ ਜੇ, ਕੁਛ ਨਹੀਂ ਚਾਹੀਦਾ। ਤੂੰ ਸੂਟ ਸਮੈਲ ਆ ਸੋਹਣੇ ਸੋਹਣੇ, ਆਪਾਂ ਰਲ ਮਿਲ ਕੇ ਭੰਗੜੇ ਪਾਉਣੇ ਨੇ, ਪੂਰੀਆਂ ਰੌਣਕਾਂ ਲਾਉਣੀਆਂ ਨੇ। ਮੇਰੀ ਗੱਲ ਸੁਣ, ਹਾਂ ਸੂਟ ਤੂੰ ਤੇ ਮਨਿੰਦਰ ਜਾ ਕੇ ਲਿਆ ਕੇ ਦਿਓ ਮੈਨੂੰ। ਚੱਲ ਮੈਂ ਲਿਆਉਣਾ ਸਮੋਸੇ ਫੜ ਕੇ ਲਿਆਉਣਾ। ਚੰਗਾ ਆਪਦੀ ਵੀ ਨੰਗਾ ਖਰਾਬ ਕਰ ਲਈ ਹੋਵੇ। ਇਹ ਜ਼ਿਮੀਂਦਾਰਾਂ ਦੀ ਕਾ? ਵਾਕਈ ਲੱਗਦਾ, ਵਾਕਈ ਲੱਗਦਾ। ਇਹ ਮੈਂ ਕਹਿੰਦਾ ਰੂੜੀਆਂ ਰਾੜੀਆਂ ਇਕੱਠੀਆਂ ਕਰਕੇ ਵੇਚਦੇ ਹੋਣਗੇ ਰੇਹ ਤਾਂ, ਇਹ ਅੱਟ ਤਾਂ ਖੜੇ ਲੱਗਦੇ ਮੈਨੂੰ। ਹੈ ਇਹ ਮੇਰੇ ਸਾਲ ਦਾ ਬਾਤ ਰੂੜੀ ਤਾਂ ਉਵੇਂ ਮਾੜੀ ਹੁੰਦੀ ਹੈ, ਇਹ ਬਾਤ ਲਾਤੀ ਰੂੜੀ ਲੈ ਦੇਖ ਲੈ, ਪਿੰਡ ਦਾ ਤਾਂ ਗਾਹਾਂ ਤੁਸੀਂ ਪਤਾ ਲੱਗ ਜਾਂਦਾ, ਪਹਿਲੀ ਹੀ ਦੇਖ ਲਿਆ ਲਾਤੀ ਰੂੜੀ ਮੱਥੇ। ਮੈਂ ਤਾਂ ਇੱਥੋਂ ਹੀ ਜਵਾਬ ਦੇ ਦੇਣਾ, ਵਧੀਆ ਰਹੇਗੀ, ਗਾਂ ਕੀ ਕਰਾਏਗੀ, ਐਵੇਂ ਹੋਰ ਮਿੱਟੀ ਪਲੀ ਤੂੰ ਅਗਲੇ ਦੀ ਜਾ ਵਗ ਜਾ, ਮੈਨੂੰ ਬਸ ਚੜਾ। ਗਾਹਾਂ ਕੀ ਹੁਣ ਮਰੂਦਾਂ ਦਾ ਬਾਗ ਲਾਇਆ ਹੋਇਆ, ਮੂਹਰੇ ਦਾ ਰੂੜੀ ਹੈ, ਗਾਂ ਨੀ ਮੈਂ ਜਾਂਦਾ ਹੈਗਾ, ਮੈਨੂੰ ਬਸ ਚੜਾਇਆ। ਸਾਡੇ ਤਾਂ ਹੈ ਨੀ, ਆਪਣੇ ਦੇਖੀਏ ਤੁਹਾਡੇ ਹੈਗੀ ਹੈ, ਬਾਗਲ ਹੁੰਦੇ ਨੇ ਮੇਰੇ ਥਲੇ ਦੇ ਤੰਤਨ ਕੀਲਿਆਂ ਚ, ਕਿੱਥੇ ਫਿਰਦੀਆਂ? ਉਹ ਪਤਾ ਕੀ ਗੱਲ ਇਹਨਾਂ ਨੇ ਨਾ ਉਹ ਆਹ ਕੀ ਨੀ ਪਤਾ, ਰੂੜੀ ਦਾ ਥਾਉਂਦਾ ਪਲਾ ਹੋਇਆ, ਅਗਲੇ ਕੁੱਟਿਆ ਹੋਰ ਫਿਰ ਰੂੜੀ ਘੜੇ ਲਾਉਣੀ ਪੈਗੀ ਗੱਲ ਆ। ਹੋ ਚੱਲ ਗਾਂ ਆ ਜਾ, ਕੋਈ ਨਾ ਮੈਂ ਤਾਂ ਹੈ ਨੀ, ਮੈਂ ਤਾਂ ਜੱਟੇ ਨੀ ਬੰਦੇ, ਮੰਨ ਚਾਹੀਦਾ ਆਂਟੀ ਕੁਮਾਰ ਸਿੰਘ ਤੋਂ ਜਾਇਆ ਨਹੀਂ ਜਾਣਾ, ਤਾਂ ਕਰਕੇ ਘਰੇ ਲਾ ਲਿਓ, ਤਾਂ ਇਹਨਾਂ ਦੇ ਬਾਹਰ ਬਾਗਲ ਹੈਗਾ। ਕਿਹੜੀ ਆਂਟੀ? ਉਹਦੀ ਮੰਮੀ ਸੁਖ ਦੀ। ਅੱਛਾ ਤੇਰੀ ਮਾਲਕ ਨਵੀਂ ਛੱਛ ਹੋਣ ਵਾਲੀ? ਹਾਂ ਹਾਂ, ਚੱਲ ਕੋਈ ਨਾ, ਛੰਦ ਤਾਂ ਕਈ ਖੜੇ ਨੇ, ਗੱਡੀ ਇਹਨਾਂ ਦੀ ਆਪਦੀ ਹੈ? ਹਾਂ ਹਾਂ ਹਾਂ, ਨਾਨੂ ਗੱਡੀ ਆਪਦੀ ਆ, ਮੁੰਡਾ ਲੱਗਿਆ ਹੋਇਆ। ਅੱਛਾ ਕਿੱਥੇ ਲੱਗਿਆ? ਲੱਗਿਆ ਸਰਕਾਰੀ ਲੱਗਿਆ ਮੁੰਡਾ। ਹੈਂ? ਹਾਂ ਅੱਛਾ, ਹਾਂ ਸਰਕਾਰੀ ਲੱਗਿਆ ਹੋਇਆ, ਪਹਿਲਾਂ ਤਾਂ ਦੱਸਿਆ ਨਹੀਂ ਵੀ ਸਰਕਾਰੀ ਲੱਗਿਆ ਹੋਇਆ। ਫਿਰ ਗੱਲ ਹੀ ਨਹੀਂ ਹੋਈ ਇਹਨਾਂ ਨੂੰ। ਨਿੰਮ ਵੀ ਆ ਦੇਖੋ, ਦਰਖਤ ਵੀ ਆ ਘਰੇ, ਆ ਦੇਖੋ। ਤੂੰ ਕਹਿੰਦੀ ਆ ਸਰਕਾਰੀ ਲੱਗਿਆ ਹੋਇਆ, ਇਹ ਤਾਂ ਮੇਰਾ ਸਾਲਾ ਕਿਤੇ ਉਹ ਪ੍ਰਾਈਵੇਟ ਆ, ਨਹੀਂ ਪਤਾ ਚਾਹ ਪਿਉਂਦਾ ਹੋਵੇ ਕਿਸੇ ਨੂੰ। ਇਹ ਸਰਕਾਰੀ ਵਾਲਾ ਤਾਂ ਘਰ ਹੀ ਨਹੀਂ ਲੱਗਦਾ, ਬਾਬੂ ਜੀ ਸਰਕਾਰੀ ਦਾ ਜਿੱਥੇ ਸਰਕਾਰੀ ਪੈਸਾ ਡਿੱਗਦਾ ਹੋਵੇ ਘਰ ਨਹੀਂ ਰਲਦਾ, ਬੰਦਾ ਬੰਦਾ ਰਲੀ। ਪਤਾ ਕੀ ਗੱਲ ਹੈ, ਇਹਨਾਂ ਨੂੰ ਪਿਆਰ ਆਵੇ ਪੁਰਾਣੇ ਘਰ ਨਾਲ, ਦਾਦੀ ਨੇ ਪਾਇਆ ਸੀਗਾ ਘਰ ਇਹਨਾਂ ਦੇ ਨੇ, ਤੇ ਇਹਨਾਂ ਦਾ ਪਿਓ ਨਾ ਢਾਉਣ ਨਹੀਂ ਦਿੰਦਾ ਘਰ, ਉਹ ਕਹਿੰਦਾ ਜਿੰਨੇ ਟਾਈਮ ਮੈਂ ਜਾਉਂਦਾ ਤੁਹਾਨੂੰ ਪੱਟੀ ਬੰਨਣ ਦਿੰਦੀ ਆ, ਜਮਾਂ ਪੜ੍ਹਾਈ ਹੋਈ ਆ, ਬਣਾਈ ਤਾਂ ਖੜੀ ਕਰੀ ਹੋਈ ਹੈ, ਗੱਲ ਤੀ ਨਹੀਂ ਆਉਂਦੀ ਨਾ। ਪੈਸਾ ਬਥੇਰਾ, ਦੇਖ ਮੱਝਾਂ ਮੁੱਝਾਂ ਕਿੰਨੀਆਂ ਖੜੀਆਂ ਨੇ। ਸਹੀ ਗੱਲ ਹੈ, ਸਹੀ ਗੱਲ ਹੈ, ਆਹ ਕਿਆ ਬਾਤ ਹੈ, ਕਿਆ ਬਾਤ ਹੈ, ਦੇਖ ਲਿਆਉਣਾ ਲਿਆਉਣ ਦੇਖ ਲੈ ਇਹਨੇ ਤੂੰ। ਇਹ ਹੈ ਨੀ ਇਹਨਾਂ ਦੇ ਕੋਈ ਠੇਕੇ ਠੁਕੇ ਤੇ ਦਿੰਦੇ ਨੇ ਜ਼ਮੀਨ? ਇਹ ਨਹੀਂ ਨਹੀਂ ਆਪ ਕਰਦੇ ਨੇ ਆਪ, ਤਾਂ ਮੈਨੂੰ ਪਤਾ ਹੈ ਵੀ ਮੇਰਾ ਥਾਲਾ ਇਹ ਤਾਂ ਇੰਨਾ ਕਿਉਂ ਮਿੱਟ ਚੜ੍ਹ, ਇਹ ਤੋਂ ਕੀ ਬੁਰਾ ਹੋ ਗਿਆ, ਲੋਹੇ ਤੋਂ ਰੋਟਾ ਕਬਾਟਰ ਸਾਰਾ ਗਲ ਜੂ। ਇਹ ਐਂ ਕਰ ਤੂੰ ਪਾਇਆ ਭਲਿਆ, ਪਹਿਲਾਂ ਮੈਂ ਰੋਟਾ ਕਬਾਟਰ ਧੋਣਾ ਫੇਰ ਕਰ। ਮੈਥੋਂ ਨਹੀਂ ਸੰਦ ਦੇਖਿਆ, ਸੰਦ ਤਾਂ ਦੋ ਚਕਾਂ ਨਾਲ ਬਣਦੇ ਨੇ, ਜਾਂ ਇਹ ਕਿਸੇ ਦਾ ਮੰਗ ਕੇ ਇਹ ਮੰਗ ਕੇ ਲੈਣੇ, ਮੰਗ ਕੇ ਲੈਣੇ ਕਿਸੇ ਦਾ ਮਾਰ ਕੇ ਰੱਖਦੇ ਨੇ। ਇਹ ਅੱਜ ਹੀ ਸਵੇਰੇ ਨਾ ਗਏ ਸੀ ਤੋਂ ਮੀਂਹ ਪੈਣ ਲੱਗ ਗਿਆ, ਫਿਰ ਹੈ ਮੈਂ ਪਾਹੀ ਵੀ ਆਪ ਕਰਦੇ ਲਾ, ਮੀਂਹ ਚ ਵੀ ਗਏ। ਆ ਮੱਕੀ ਮੁੱਕੀ ਵਾਲਾ ਇਹਦਾ ਉਹ, ਚਲ ਕੋਈ ਨਾ ਮਾਰ ਹਾ ਕੇ ਕੋਈ ਹੈਗਾ ਕਰੇ, ਨਹੀਂ ਲਿਆ ਪਾਣੀ ਦਾ ਗਲਾਸ ਮੈਂ ਪੀ ਕੇ ਜਾਵਾਂ। ਆਂਟੀ ਆਂਟੀ ਨਰਕ ਬਣਾਇਆ ਹੋਇਆ, ਨਰਕ ਬਣਾਇਆ ਪਿਆ ਇੱਥੇ, ਜੋਗੀ ਆ ਗਿਆ ਚਾਰ ਥੱਪ ਫੜ ਕੇ ਲੈ ਜਾਊ, ਚਾਰ ਥੱਪ ਜਿਹੜੇ ਹਿਸਾਬ ਨਾਲ ਗੰਦ ਪਿਆ ਪਿਆ, ਕੁਛ ਉਤਰਾ ਦੇਖ ਲੈ ਕਿੰਨਾ ਕਰਿਆ ਪਿਆ ਹੁੰਦਾ ਜਾ ਕੇ। ਅਸੀਂ ਤੇਰੇ ਪਾ ਕਿਤੇ ਪਸ਼ੂ ਨੀ ਰੱਖੇ, ਪਸ਼ੂ ਨੀ ਰੱਖੇ ਅਸੀਂ, ਛਾਂਗਾਂ ਨੀ ਗੱਦਾ ਆਉਂਦਾ ਛੱਡਣੇ, ਇਹ ਚਾਦਰਾਂ ਗੱਦਾ ਆਉਂਦਾ, ਇਹਦਾ ਨਵੇਂ ਚੱਲੇ ਨੇ।
ਅਸੀਂ ਤਾਂ ਕਥਾ ਤੇ ਬਸਾ ਬਸਾ ਇਹਨਾਂ ਨੇ ਹੁਣ ਬਸਾਏ ਹੋਣਗੇ, ਇਹਨਾਂ ਨੂੰ ਭੇਡਾਂ ਨੂੰ ਕੀ ਪਤਾ ਇਹ ਚੀਜ਼ਾਂ ਦਾ, ਚਾਦਰਾਂ ਦਾ ਚਾਦਰਾਂ ਹੀ ਦੱਸਣ ਲੱਗ ਗਏ। ਬਹਿ ਗਏ ਬੱਸ, ਮੈਨੂੰ ਤਾਂ ਤੋਰਿਆ ਕੁੜੇ ਬੱਸ ਚੜਾਇਆ ਮੈਂ ਤਾਂ ਜੱਟਾਂ ਨਹੀਂ ਕੰਮ, ਮੈਨੂੰ ਤਾਂ ਕੁਛ ਤਾਂ ਹੈਗਾ ਘਰੇ, ਨਹੀਂ ਨਹੀਂ ਆਪਣੇ ਵੀ ਤਾਂ ਇਹੀ ਕੁਛ ਹੀ ਆ ਹੈਂ, ਆਪਣੇ ਵੀ ਬਾ ਨਹੀਂ ਤੇਰੇ ਇਹਨਾਂ ਨਾਲ ਰਲਾਤਾ ਤਾਂ, ਇਹਨਾਂ ਨਾਲ ਰਲਾਤਾ ਤਾਂ ਹੈਂ, ਇਹੀ ਕੁਛ ਹੈ ਕਹਿੰਦੀ ਕਿੱਥੇ ਫਿਰਦੀਆਂ ਹੈ, ਮੈਂ ਤਾਂ ਜੜਾ ਤੇ ਮੇਰੇ ਥਲੇ ਛੀਛੇ। ਮੋਟੀ ਬਹੁਤ ਇਹ ਬਿਮਾਰ ਹੋ ਗਈ, ਲੱਗਦਾ ਤਾਂ ਹੈ ਨੀ ਕਿਹੜਾ ਪਾਛਾ ਬਿਮਾਰ ਹੈ। ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਠੀਕ ਠਾਕ, ਹਾਂ ਹਾਂ ਬੈਠੇ, ਬਿਲਕੁਲ ਬੈਠਾਂਗੇ ਜੀ, ਬਿਲਕੁਲ ਬੈਠਾਂਗੇ। ਬਾਰੇ ਮੈਥੋਂ ਬਾਗਲ ਚ ਜਾਇਆ ਨੀ ਗਿਆ, ਫਿਰ ਇੱਥੇ ਲਾ ਲਈ ਸੀ ਮੈਂ ਤਾਂ ਕਰਕੇ, ਹੁਣ ਚੱਕ ਦਾਂਗੇ ਕੁੱਟਿਆ ਹੋਊ ਗੱਟਾ ਕਾਹਨੂੰ, ਆ ਦੇਖ ਸਰਕਾਰੀ ਅਫਸਰ ਆ, ਕੁੜੀ ਝੂਠ ਬੋਲਦਾ ਸੀ ਉਹਦੇ ਤੇ ਨੀ ਲੱਗਦਾ ਮੁੰਡਾ, ਮੇਰੇ ਸਾਲੇ ਦੀ ਟੁਕੜੀ ਮਾਰੇ ਲਿਚਕਾਂ, ਇਹਦਾ ਮਿੱਟੀ ਫੇਰੀ ਨੂੰ ਵੀ ਮੈਨੂੰ ਐ ਲੱਗਦਾ ਵੀ 6-7 ਮਹੀਨੇ ਹੋ ਗਏ ਹੁੰਦੇ ਨੇ। ਹਾਂ ਜੀ ਹਾਂ, ਲਿਆ ਪਤਾ ਤਾਂ ਹੈਗਾ ਮਨਿੰਦਰ, ਪਰ ਇੰਨਾ ਨੀ ਕੋਈ ਬੋਲਦਾ ਹੋਣਾ, ਮੈਂ ਵੀ ਆਖਾਂ ਵੀ ਤੇਰੀ ਮਾਂ ਇੰਨਾ ਕਾਹਤੋਂ ਬੋਲਦੀ ਆ, ਪਰ ਇੱਥੇ ਜੇ ਦੇਖਿਆ ਜਾਵੇ ਤੇਰੀ ਮਾਂ ਗਲਤ ਨਹੀਂ, ਕਿਉਂਕਿ ਜਦੋਂ ਉਹਦਾ ਪਿਓ ਇੰਨਾ ਬੋਲਦਾ ਹੈ ਉਹ ਤਾਂ ਇਹਦੇ ਮੁਕਾਬਲੇ ਤਾਂ ਬਹੁਤ ਘੱਟ ਬੋਲਦੀ ਹੈ ਤੇਰੀ ਮਾਂ। ਚਲ ਕੋਈ ਗੱਲ ਨਹੀਂ, ਆਹ ਤਾਂ ਤੁਸੀਂ ਗੁੱਸਾ ਨਾ ਕਰਿਓ ਪਲੀਜ਼, ਆਪਾਂ ਮਨਾਉਣਾ ਫਿਰ ਵੀ। ਚੱਲ ਕੋਈ ਨਾ, ਜੇ ਤੂੰ ਕਹਿੰਦੀ ਆ ਤਾਂ ਨਹੀਂ ਗੁੱਸਾ ਕਰਦੀ, ਪਰ ਭਾਈ ਗੁੱਸਾ ਤਾਂ ਕਿਹੜਾ ਲੱਗਦਾ ਹੀ ਹੈ। ਓਏ ਆ ਜਾ ਭਾਈ, ਇਹ ਜੀ ਕੀ ਕੜਾਹੀ ਚੜ੍ਹ ਲਈ ਅੰਦਰ ਆ ਬੱਗੀ ਹੋ ਗਈ ਕੁੜੀਏ। ਨਹੀਂ ਨਾਨੂ ਤੁਸੀਂ ਬੈਠੋ ਨਾ, ਬੈਠਾ ਬੈਠਾ ਤੈਨੂੰ ਹੋਰ ਕਹਿਣਾ, ਗੱਲ ਤਾਂ ਸੁਣ ਲੈ, ਤਾਂ ਹੀ ਤਾਂ ਮੈਂ ਕਹਿੰਦਾ ਵਧੀਆ ਟਾਈਮ ਨਾਲ ਵੇੜਾ ਸਮਝ, ਉਹਦੇ ਵਰਗੀ ਰੀਸ ਨੀ ਚਾਵਾ ਤੇ ਨਾਲੀ ਬੱਚੋ ਮੈਨੂੰ ਚੜਾਇਆ, ਰੰਗ ਪਾਉਣ ਮੈਂ ਦੇਖ ਲਈ ਬੱਦਲ ਬਾਈ ਇਹਨਾਂ ਦੀ ਹੈ ਨਹੀਂ ਕੱਢਣ ਪਾਉਣ, ਮੇਰੀ ਗੱਲ ਸੁਣੋ, ਮੁੰਡਾ ਆਊਗਾ ਉਹਦਾ ਪਿਆਊਗਾ, ਗੱਲਬਾਤ ਕਰੋ, ਅੱਜ ਦਾ ਦਿਨ ਰਹੋ ਕੱਲ ਨੂੰ ਵਗ ਜਿਓ, ਜਿਵੇਂ ਤੁਸੀਂ ਇੱਥੇ ਨਹੀਂ ਮੈਂ ਰਹਿ ਸਕਦਾ, ਇੱਥੇ ਤਾਂ ਡਾਂਸ ਬਹੁਤ ਹੋ ਮੱਛਰ, ਇੱਥੇ ਤਾਂ ਨਾ ਬਾ ਨਹੀਂ ਤੇ ਏਸੀ ਲੱਗੇ, ਏਸੀ ਲੱਗੇ ਅੰਦਰ, ਏਸੀ ਹੈਗਾ ਹਾਂ, ਉਹ 600 ਜੁੰਟ ਮਾਫ ਹੈ, ਚਲ ਹਾਂ ਬਹਿ ਜਾਓ ਬਹਿ ਜਾਓ, ਲੈ ਮਨਿੰਦਰ, ਹਾਂ ਮਨਿੰਦਰ ਜੀ ਸਭਦਾ ਹੈਗਾ ਤੇਰਾ, ਹਾਂ ਹਾਂ ਅੱਛਾ, ਬਾਲੇ ਚੰਗੇ ਨੇ ਬਾਲੇ ਨਰਮ ਨੇ ਜਿਵੇਂ ਕਹਿੰਦੇ ਨੇ ਉਵੇਂ ਮਗਰ ਲੱਗਦੇ, ਰੜਕਦਾ ਜਾ ਹੀ ਨਹੀਂ ਕਿਤੇ, ਉਹ ਬਾਹਰ ਗਏ ਹੋਣੇ ਸੱਤ ਸੁੱਤ ਚ ਬੈਠੇ ਹੋਣੇ ਆ, ਫਿਰ ਪਿੰਡ ਦੇ ਬੁੜੇ ਨੂੰ ਪਤਾ ਹੀ ਆ, ਪਾਰਖੇ ਨਾਨੇ ਨੇ, ਮੈਨੂੰ ਲੱਗਦਾ ਨਾਨਾ ਤਾਂ ਕਰੂਗਾ ਧੰਨ ਧੰਨ, ਇਹਦੇ ਨਾਲ ਤੇਰੀ ਮਾਂ ਹੀ ਚੰਗੀ ਤੀ, ਇਹ ਨਹੀਂ ਕਰਦੀ ਹੈਗੀ ਰਿਸ਼ਤੇ ਵਾਲਾ ਕੰਮ, ਜਿਹਦਾ ਮੈਨੂੰ ਲੱਗਾ ਗਿਆ ਸਮੋਸੇ ਮਹਿੰਗੇ ਨਾ ਭਜਣ, ਅੱਜ ਇੱਕ ਮੇਰੇ ਸਾਲ ਦੀ ਲੱਤ ਦੁਖੀ ਜਾਂਦੀ ਹੈ, ਕਾਹਦਾ ਟੈਟੂ ਕਰਾ ਲਿਆ, ਚਲੋ ਕਰਦਾ ਹੋਊ ਕੰਮ ਧੰਦਾ, ਫਿਰ ਆ ਗਿਆ ਮੁੰਡਾ ਦੇ, ਇਹਦਾ ਲੰਗ ਮਾਰਦਾ ਕੁੜੀਏ ਜਿਵੇਂ ਪੁਲਿਸ ਦਾ ਕੁੱਟਿਆ ਹੁੰਦਾ, ਸਤਿ ਸ੍ਰੀ ਅਕਾਲ ਭਾਈ, ਹਾਂ ਠੀਕ ਹੈ ਠੀਕ ਹੈ, ਕਦੋਂ ਗਏ ਸੀਗੇ, ਮੈਂ ਤਾਂ ਤੇਰੇ ਮੂਹਰੀ ਆਇਆ, ਹਾਂ ਹਾਂ ਪਿੱਤਲ ਦੇ ਝਾੜ ਬਣੀ ਪਿੱਦਾਂ ਹੈ ਸ਼ਾਬਾਸ਼, ਸੋਨੇ ਦੀ ਜੀ ਸੋਨੇ ਦੀ, ਅਸੀਂ ਕਾਹਨੂੰ ਸੋਨਾ ਦੇਖਿਆ ਕਦੇ, ਚੱਲ ਕੋਈ ਨਾ ਕਰਦਿਆਂ ਗੱਲਾਂ ਪਤਾ ਲੈ ਲਾ ਦਮ ਪੀ ਲੈ ਚਾਹ ਪਾਣੀ, ਕੋਈ ਨਾ ਨਹੀਂ ਕੁੜੀ ਜੀ ਲੰਘਦਾ ਭੈਣ ਮਰਾਵੇ ਤਾਂ ਮੈਨੂੰ ਲੱਗਦਾ ਇਹਨੂੰ ਬਿਮਾਰੀ ਆ ਕੋਈ, ਆ ਬਾਂਝ ਤੇ ਕੀ ਹੋਇਆ ਪੈਦੇ, ਇਹ ਤਾਂ ਨਾ ਟੈਟੂ ਆ ਹੈ, ਉਹ ਕੀ ਦੱਸਾਂ ਉਹ ਛਪਾਉਂਦੇ ਨਹੀਂ ਹੁੰਦੇ ਐਂ ਜੇ ਕਰਕੇ ਥੋੜਾ ਜਿਹਾ, ਅੱਛਾ ਹਾਂ, ਹਏ ਮੇਰਾ ਥੜਾ ਬੱਲਾ ਸੌਂਕ, ਇਹਨੇ ਇਹ ਕਾਹਤੋਂ ਕਰਾ ਲਿਆ, ਕੀ ਹੋ ਗਿਆ ਕੀ ਡਾਂ ਉੱਠਿਆ ਦੇ,
ਕਣੇ ਜੇ ਪਈਆਂ ਨਹੀਂ ਆ ਕੁੜੀਏ ਕਦ ਨਹੀਂ ਬਾਤ ਨਹੀਂ ਜਿਹੜੀ ਗੱਲ ਆਈ ਦੱਸ ਦੇ ਮੈਨੂੰ ਖੁੱਲ ਕੇ ਨਾਨਾ ਉਹਨੂੰ ਬੁਲਾ ਕੇ ਨਾਨਾ ਬੁਲਾਉਂਦਾ ਟਾਈਮ ਘੱਟ ਆ ਮੈਂ ਜਾਣਾ ਕੀ ਨਾਮ ਹੈ ਆਉਣਾ ਮਨਿੰਦਰਾ ਹੈਂ ਸੁਖ ਸੋਖਾ ਬੁੜੀਆਂ ਵਾਲੇ ਨਾਂ ਫਿਰਦਾ ਸੋਖੋ ਲੈ ਸਮਝ ਲੈ ਮੇਰੀ ਮਾਸੀ ਦਾ ਕੁੜੀ ਦਾ ਨਾਮ ਸੁਖੋ ਤੀ ਅਸੀਂ ਉਹਨੂੰ ਸੁਖੋ ਕਹਿੰਦੇ ਹੁੰਦੇ ਇਹ ਪਹਿਲਾਂ ਵਾਲੇ ਨਾਂ ਬੁੜੀਆਂ ਵਾਲੇ ਸੋਖਾ ਲੱਥ ਦੇ ਵਿੱਚ ਪਈ ਬੈਠਾ ਪਣੂ ਯਾ ਦੇਖਾਂ ਕੀ ਛਪਾਇਆ ਦੇਖਾਂ ਕੁਛ ਨਹੀਂ ਬਸ ਛਾਪਿਆ ਜੀ ਦਿਖਾ ਦਾਦੇ ਫਿਰ ਥੱਟ ਫਿਰ ਖਾਸ ਹੀ ਲੱਗਦੀ ਉਹਦਾ ਦੁੱਖ ਖਾਸਾ ਲੱਗਿਆ ਦੇਖਾਂ ਦਿਖਾ ਦਾਦੇ ਯਾਰ ਮੈਨੂੰ ਵੀ ਪਤਾ ਲੱਗੇ ਕੀ ਛਪਾ ਲਿਆ ਟੱਟੂ ਦਾ ਸ਼ੌਂਕ ਜਾਂ ਸ਼ੌਂਕ ਰੱਖਣਾ ਨੇ ਕੋਈ ਟਰੈਕਟਰ ਟੱਪੇ ਦਾ ਸ਼ੌਂਕ ਰੱਖ ਕਬੱਡੀ ਦਾ ਸ਼ੌਂਕ ਰੱਖ ਕਬੱਡੀ ਦਾ ਸ਼ੌਂਕ ਰੱਖ ਸਾਡੇ ਬੜੇ ਕਬੱਡੀਆਂ ਦਾ ਸ਼ੌਂਕ ਤੀ ਇਹ ਕਾਹਦਾ ਸ਼ੌਂਕ ਨੇ ਕੋਈ ਹੋਰ ਬਾਈਟ ਪੱਲੇ ਦਾ ਸ਼ੌਂਕ ਰੱਖ ਕੋਈ ਖਾਣ ਪੀਣ ਦਾ ਸ਼ੌਂਕ ਰੱਖ ਇਹਦੇ ਨਾਲ ਟੱਟੀ ਖੁੱਲ ਕੇ ਆਉਂਦੀ ਨਹੀਂ ਬਾਹਾਂ ਨਾਲ ਜਿਹੜੀ ਲੱਤ ਵਾਲੇ ਨਾਲ ਆਉਣ ਲੱਗ ਜੂ ਚੱਜ ਦੇ ਸ਼ੌਂਕ ਰੱਖੀ ਨਾ ਉਹਨਾਂ ਨੇ ਤਾਂ ਹੈ ਨਹੀਂ ਮੈਂ ਤਾਂ ਪਸੰਦ ਨਹੀਂ ਕੁੜੀ ਫੇਲ ਹੈ ਕੰਮ ਕਿਹੜਾ ਬਾਬਾ ਹੈ ਜਿਹੜਾ ਇਹ ਫੋਟੋਆਂ ਤੇ ਰਾਜੀ ਹੁੰਦਾ ਮੈਨੂੰ ਵੀ ਦੱਸਦੇ ਮੈਂ ਵੀ ਛਪਾ ਲੂ ਮੈਂ ਚਿੜੀ ਛਪਾਈ ਦੀ ਮੈਥੋਂ ਤਾਂ ਮੰਨਿਆ ਨੀ ਕੋਈ ਬਾਬਾ ਤੇਰੀ ਮੰਮੀ ਨੂੰ ਪੁੱਛੂ ਬਈ ਚੱਲ ਸਿਆਣੇ ਬਜ਼ੁਰਗਾਂ ਨੂੰ ਪਤਾ ਹੁੰਦਾ ਬਾਬਿਆਂ ਦਾ ਹਨ ਤੈਨੂੰ ਤਾਂ ਚੱਲ ਨਿਆਣਾ ਤੇਰੇ ਨਾਲ ਤਾਂ ਮੈਂ ਗੱਲ ਕਰ ਤੇ ਜ਼ਮੀਨ ਜਾਇਦਾਦ ਕੀ ਆਪਣਾ ਜ਼ਮੀਨ 10 ਕਿੱਲੇ ਜੀ 10 ਅੜਕੇ ਜੇ ਕਹਿੰਦਾ ਖੁੱਲ੍ਹ ਕੇ ਕਹੇ ਕਿੱਲੇ 10 ਨਹੀਂ ਐਂ ਕਹਿ ਗੜਕ ਨਾਲ ਕਹੇ 10 ਕਿੱਲੇ ਥੋੜੇ ਹੁੰਦੇ ਨੇ ਝੁੱਟ ਦੇ ਸਿਰ ਭਰ ਕੇ ਨੇ ਗੜਕ ਨਾਲ ਕਹੇਗਾ ਗੱਲ ਚ ਕਾਣ ਮੀਣਾ ਤੂੰ ਮੈਨੂੰ ਖੁੱਲ੍ਹ ਕੇ ਦੱਸ ਦੇ ਪੁੱਤ ਮੈਂ ਕੁਛ ਨਹੀਂ ਕਹਿੰਦਾ ਠੀਕ ਆ ਮੇਰੀ ਗੱਲ ਚ ਗੱਲ ਤਾਂ ਸੁਣ ਲੈ ਗੱਲ ਸੁਣ ਖੁੱਲ੍ਹ ਕੇ ਦੱਸ ਕਿੰਨੀ ਜ਼ਮੀਨ ਹੈ ਬਿਜਲੀ ਬੋਰਡ ਦੇ 10 ਕਿੱਲੇ ਜ਼ਮੀਨ ਦੇ ਖੇਤੀ ਆਪ ਕਰ ਦਿਓ ਬਜ਼ੁਰਗਾਂ ਨੂੰ ਬਹੁਤ ਕੁਛ ਦੇਖਣਾ ਪੈਂਦਾ ਤੈਨੂੰ ਤਾਂ ਨਹੀਂ ਕੁਛ ਚਾਹੀਦਾ ਸਾਨੂੰ ਬਹੁਤ ਕੁਛ ਦੇਖਣਾ ਚਾਹ ਪੀ ਬੇਬੇ ਚਾਹ ਤੋਂ ਯਾਦ ਆਇਆ ਖਰਚਾ ਕਹਿਣਗੇ ਖਾਲੀ ਹੱਥੀ ਆ ਗਿਆ ਕੁੜੀ ਦਾ ਨਾਨਾ ਬੋਲਣ ਨੂੰ ਵੀ ਵਰਗ ਹੈ ਆਹ ਜਲੇਬੀਆਂ ਲਿਆ ਤੀ ਮੈਂ ਮਠਿਆਈ ਲਵਾ ਦਾ ਸਮੋਸੇ ਲਾ ਮੈਦੇ ਨਾਲ ਇਹ ਲਵਾਉਣਗੇ ਮਥਾ ਆ ਲਓ ਜੀ ਜਲੇਬੀ ਹਾਂ ਫਿਰ ਬਿਹਾਰ ਅੱਛਾ ਆਪਾਂ ਜਲੇਬ ਵੀ ਦੇਵਾਂਗੇ ਤੁਹਾਨੂੰ ਕਿਹੜਾ ਜਲੇਬੀ ਨਾਲ ਚਲਾਓ ਕੰਮ ਇਹਦੀ ਕਾਹਨੂੰ ਖਿਚੜਾ ਕਰਨੀ ਸੀ ਚੱਲ ਕੋਈ ਨਾ ਵਧੀਆ ਗੱਲ ਤੇਰਾ ਪਾਪਾ ਨੀ ਨਾ ਪਤਾ ਗਏ ਹੋਏ ਨੇ ਪੜ੍ਹਦਾ ਗੱਲ ਤਾਂ ਕਰੋ ਅੱਗ ਲਾਉਣਾ ਜ਼ਰੂਰੀ ਸੀਗਾ ਮੈਨੂੰ ਦੱਸ ਕੀ ਘਰ ਦੱਸ ਬਿਨਾ
ਹੈ ਕਿਹੜੀ ਜੰਗ ਜਿੱਤਣੀ ਸੀ ਤੂੰ ਆਸ਼ ਪਾਇਆ ਉਹ ਯਾਰ ਹਾਂ ਹਾਂ ਕੀ ਉਹ ਤੂੰ ਕਹਿ ਨਾ ਤੂੰ ਜੇ ਮੇਰੇ ਗੱਲ ਸੁਣ ਨਾਨਾ ਵਿਗੜ ਗਿਆ ਨਾ ਜੇ ਨਾਨੇ ਨੇ ਜਵਾਬ ਦਿੱਤਾ ਫਿਰ ਤਾਂ ਕੁਛ ਪੈਰਾਂ ਚ ਡਿਗਲੀ ਪਈ ਉਹਨਾਂ ਨੇ ਮੰਨਣਾ ਨੀ ਤੈਨੂੰ ਕੀ ਲੋੜ ਸੀ ਫੋਨ ਕਰਨ ਦੀ ਨਾਨੇ ਨੂੰ ਮੈਂ ਤਾਂ ਐਸੇ ਮਨਾਵਾਂਗੇ ਦੇਖੂਗਾ ਸਾਰਾ ਕੁਛ ਪਹਿਲ ਤਾਂ ਰੂੜੀ ਮੇਰੀ ਜ਼ਿੰਦਗੀ ਤਾਂ ਸ਼ਨੀ ਗ੍ਰਹਿ ਲੱਗਿਆ ਪਿਆ ਪਹਿਲਾਂ ਦੀ ਮਾਂ ਨੀ ਮੰਨਦੀ ਤੇ ਹੁਣ ਇਹਦਾ ਨਾਨਾ ਆ ਗਿਆ ਹੁਣ ਕੋਈ ਹੋਰ ਨਾ ਉੱਠ ਖੜੇ ਮਨਿੰਦਰ ਛਿੱਤਰ ਪਵਾਊਗੀ ਕੋਈ ਨਾ ਆ ਜਾਣਗੇ ਇਹ ਤਾਂ ਮੁੰਡੇ ਕੁੜੀ ਦੀ ਗੱਲ ਕਰਾਉਂਦੇ ਨੇ ਜੀ ਪਹਿਲੀ ਵਾਰੀ ਵੀ ਚੱਲ ਪਹਿਲੀ ਵਾਰੀ ਮਿਲਿਆ ਜਾਣ ਪਛਾਣ ਹੋ ਜਾਂਦੀ ਹੈ ਹੁਣ ਹੂ ਬਹੂ ਬੰਦਾ ਹੋ ਜਾਂਦਾ ਇਹ ਤਾਂ ਹੁਣ ਇੱਥੇ ਤਾਂ ਰਹਿੰਦੀ ਹੈ ਮਾੜਾ ਮੋਟਾ ਗੱਲ ਮੈਨੂੰ ਕਹਿਣੀ ਤਾਂ ਚਾਹੀਦੀ ਨਹੀਂ ਜੀ ਇਹ ਹਰ ਕਬੀਲਦਾਰ ਵਾਲੀ ਗੱਲ ਨਹੀਂ ਕੁੜੀ ਘਰੇ ਰੱਖ ਰੱਖੀ ਹੈ ਤੁਸੀਂ ਉੱਥੋਂ ਦੀ ਹਜੇ ਡੋਲਾ ਭਾਲਦੇ ਹੋ ਦੱਸਾਂ ਆਏ ਹੈ ਜੀ ਮੇਰੀ ਗੱਲ ਸੁਣੋ ਸਾਰੇ ਉਰੇ ਪਿੰਡ 'ਚ ਫੇਰ ਲਈ ਸੀ ਇਹ ਇਹਨੂੰ ਕਾਮਰਾ ਨਹੀਂ ਕਿਰਾਏ 'ਤੇ ਮਿਲਿਆ ਸੀ ਜਦੋਂ ਉਰੇ ਸਕੂਲ 'ਚ ਪੜ੍ਹਾਉਣ ਲੱਗੀ ਹੈ ਪਰਾਉਣਾ ਤਾਂ ਕਿਤੇ ਹੋਰ ਮਿਲ ਜਾਂਦਾ ਜੇ ਕਿਤੇ ਹੋਰ ਰਹਿਣ ਲੱਗ ਜਾਂਦੀ ਇਹ ਵੀ ਗੱਲ ਹੈ ਘਰ ਵਾਲਾ ਵੀ ਮਿਲ ਜਾਂਦਾ ਕਿਤੇ ਹੋਰ ਤੁਹਾਡਾ ਪਿੰਡ ਕਿਹੜਾ ਤੁਹਾਡਾ ਪੇਕੇ ਪਿੰਡ ਲੇਲਾ ਹੈ ਜੀ ਵੱਡੀ ਕਿ ਛੋਟੀ ਵੱਡੀ ਅੱਛਾ ਠੀਕ ਆ ਸਾਡੇ ਪਿੰਡੋਂ ਵੀ ਨੇ ਦੋ ਤਿੰਨ ਕੁੜੀਆਂ ਉੱਥੇ ਅੱਛਾ ਆਉਂਦੀ ਆ ਕੁੜੀ ਊਂ ਮੈਂ ਤਲਿਆ ਫਲਾਇਆ ਖਾ ਕੇ ਰਾਜੀ ਨਹੀਂ ਤਾਂ ਚੱਲ ਲਿਆਂਦਾ ਤੁਸੀਂ ਹਾਂ ਬਈ ਕੀ ਬਣਿਆ ਨਹੀਂ ਨਹੀਂ ਉਹ ਤਾਂ ਕੋਈ ਊਂ ਗੱਲ ਕਰਦੇ ਸੀ ਮੈਨੂੰ ਅੱਛਾ ਚੱਲ ਜ਼ਰੂਰੀਆਂ ਨੇ ਗੱਲਾਂ ਬਈ ਗੱਲਾਂ ਵੀ ਜ਼ਰੂਰੀ ਨੇ ਕੱਦ ਕੋ ਦੱਬ ਗਿਆ ਜੇ ਫੋਨ ਦਾ ਬੈਠ ਮੁੰਡਿਆ ਚਾਹ ਲੈ ਲਈ ਜੀ ਹਾਂ ਹਾਂ ਚਾਹ ਲੈ ਲਈ ਕੋਈ ਨਹੀਂ ਮੇਰੀ ਨਾ ਦਿੱਕਤ ਮੰਨ ਤੂੰ ਪੂਰੇ ਦੱਸ ਨੇ ਫਿਰ ਘੱਟ ਵੱਧਾ ਦਸ ਨੇ ਜੀ ਠੀਕ ਹੈ ਮਾਰ ਕੇ ਕਹਿੰਦੇ ਦਸ ਨੇ ਹਾਂ ਫਰਦ ਲੈ ਜਾ ਕੇ ਫਿਰ ਬਿੰਦ ਲਾ ਕੇ ਜਾ ਪਤਾ ਨਾਨੂ ਕੀ ਆਖਣਗੇ ਵਿੱਚ ਯਕੀਨ ਨਹੀਂ ਕਹੀ ਤੈਨੇ 10 ਕਿੱਲੇ ਆ ਬਾ ਨਹੀਂ ਤੇਰੇ ਇੱਥੇ ਨਹੀਂ ਪਤਾ ਇਹ ਵਿਆਹ ਦਾ ਸਮਾਨ ਸਾਹਮਣਾ ਨਹੀਂ ਪਤਾ ਬਾਹਰ ਚ ਸਟੇਟੀ ਵਾਲੇ ਖੜੇ ਹੋਣ ਇਹ ਤਾਂ ਦਸੇ ਦੇ ਦਸਿਆਂ ਤੇ ਵੀ ਲਿਮਟਾਂ ਹੁੰਦੀਆਂ ਨੇ ਕਈ ਵਾਰੀ ਗੱਲ ਗੌਰ ਕਰਨੀ ਚਾਹੀਦੀ ਹੈ ਕੋਈ ਨਾ ਜੀ ਅਜੇ ਤਾਂ ਕੁੜੀ ਵਾਲਿਆਂ ਸਾਨੂੰ ਤਾਂ ਸਾਰਾ ਕਰਨਾ ਹੱਕ ਬਣਦਾ ਤੁਹਾਡਾ ਹੱਕ ਬਣਦਾ ਧੀ ਆਏ ਤਾਂ 100 ਕੁਛ ਦੇਖਦੇ ਆ ਜੀ ਧੀ ਆਣੇ ਦਾ ਕੰਨਾਂ ਦੇ ਕੱਚੇ ਹੁੰਦੇ ਨੇ ਲਿਆ ਮੁੰਡਾ ਫਰਦਾ ਕੀ ਗੱਲ ਹੋਣੀ ਬਈਆ ਆਪਣੀ ਕਢਾਈ ਤਾਂ ਆਈ ਸੀ ਆ ਤੇਰੇ ਪਾਪਾ ਜੀ ਪਰਸੋਂ ਜਦ ਤੇ ਕਢਾ ਕੇ ਲਿਆ ਸੀ ਅੱਛਾ ਪਹਿਲਾਂ ਵੀ ਮੈਂ ਕਹਿੰਦਾ ਦੇਖੀ ਹੋਊ ਕਿਸ ਨੇ ਰਿਸ਼ਤੇਦਾਰਾਂ ਨੂੰ ਦਿਖਾ ਮਰੋ ਹੁਣ ਕਹੀ ਤਾਂ ਜਾਂਦੇ ਨਾ ਮੁੰਡਿਆ ਦੇ ਮੇਰੀ ਗੱਲ ਸੁਣੋ ਜੀ ਆ ਜਿਹੜਾ ਹੁਣ ਬਾਹਨ ਨਿਕਲਿਆ ਆਪਣਾ ਤੈਨੂੰ ਦੱਸਿਆ ਵੀ 2-3 ਫੁੱਟ ਉਹਦੇ ਫਰਦ ਕਢਾਈ ਆ ਸਾਰੀ ਅੱਛਾ 4 ਕਿੱਲੇ ਤਾਂ ਆਪਣੇ ਸਨਾਮ ਵਾਲੇ ਰੋਡ ਤੇ ਲੱਗਦੇ ਨੇ ਠੀਕ ਹੈ ਫਰਦਾਂ ਨਾਲ ਐਂ ਕਰੋ ਠੇਕਾ ਕਰ ਲਓ ਐਂ ਨਹੀਂ ਪਤਾ ਕਿ ਠੇਕਾ ਪਹਿਲਾਂ ਹੀ ਕਰੀ ਪਏ ਹੋਵੋਗੇ ਕਿਉਂ ਫਿਰ ਹੁਣ ਜਿਹੜਾ ਤਾਂ ਹੁਣ ਕੁੜੀ ਵਾਲਾ ਆਊਗਾ ਬਈ ਉਹਦਾ ਫਰਦ ਦੇਖੂਗਾ ਕੋਈ ਨਾ ਜੀ ਕੋਈ ਨਾ ਫਰਦ ਦਾ ਹੱਕ ਬਣਦਾ ਹੈਗਾ ਮੈਂ ਸੋਚ ਸਮਝ ਕੇ ਇੱਥੇ ਆ ਗਿਆ ਮੈਨੂੰ ਹੁਣ ਇੱਥੇ ਸੋਚਣ ਤੇ ਮਜਬੂਰ ਨਾ ਕਰ ਠੀਕ ਠੀਕ ਹਾਂ ਆ ਲਿਆ ਥੋੜੀ ਜਿਹੀ ਕਿਸੇ ਹੋਰ ਦੀ ਨਾ ਚੱਕ ਨਹੀਂ ਪੜਿਆ ਹੋਇਆ ਮੈਂ ਨਾ ਸਮਝੀ ਵੀ ਹਾਂ ਚੱਲਦਾ ਜੇ ਲੱਗੇ ਤੂੰ ਤੁਰੇ ਫਿਰਦਾ ਜੱਖ ਰੋਡ ਤੇ 5 ਕਿੱਲੇ ਫਰੰਟ ਤੇ ਲੱਗਦੇ ਨੇ ਜੀ ਰੋਡ ਤੇ ਪੰਜ ਇੱਧਰ ਪਿੱਛੇ ਆ ਗਏ ਠੀਕ ਹੈ ਗੈਰ ਮੂਕਣ ਖਾਲ ਆ ਗਿਆ ਇਧਰ ਨਹਿਰੀ ਪਾਣੀ ਨਹਿਰੀ ਪਾਣੀ ਲੱਗਦਾ ਲੱਗਦਾ ਜੀ ਹੋਰ ਜਿਹੜਾ ਹੁਣ ਨਵੇਂ ਚ ਲੱਗਿਆ ਜੀ ਪਾਣੀ ਪਹਿਲਾਂ ਅੱਛਾ ਬੰਦ ਹੋ ਗਿਆ ਕਰਤਾਰਪੁਰਾ ਉਰਫ ਚੰਗਾਲੀ ਇਹ ਦੋ ਨਾਂ ਇਹ ਪਹਿਲਾਂ ਸਾਡਾ ਪਿੰਡ ਪੈਂਦਾ ਸੀਗਾ ਜੀ ਅਸੀਂ ਆਏ ਹੋਏ ਹਾਂ ਉਰੇ ਇਹ ਪਿੱਛਾ ਕਿਤੋਂ ਹੋਰ ਦਾ ਹੈ ਹਾਂਜੀ ਹਾਂਜੀ ਠੀਕ ਆ ਚਲ ਬਸ ਇਹਦਾ ਦੇਖ ਲਈ ਠੀਕ ਹੈ ਤਾਂ ਲਿਮਟ ਲੁਮਟ ਤਾਂ ਨਹੀਂ ਖਾ ਹੈ ਐਵੇਂ ਕਹੀ ਦੀਏ ਠੀਕ ਹੈ ਕੁੜੀ ਇਹਦਾ ਹਾਂ ਤੇਰੇ ਭਾਪੇ ਨਾਲ ਗੱਲ ਕਰਾਈ ਮਾੜੀ 10 ਮਿੰਟ ਮਿਲਿਆ ਮੈਨੂੰ ਜਾ ਲੈ ਕੇ ਆ ਬਿਠਾ ਕੇ ਮੋਟਰਸਾਈਕਲ ਤੇ ਜਾ ਪਾ ਜਾ ਆਉਂਦੇ ਹੁਣ ਵੀ ਦੇਖ ਲੈਣੇ ਆ ਜਾ ਮੈਂ ਜਾਣਾ ਫਿਰ ਮੈਂ ਰਹਿੰਦਾ ਨਹੀਂ ਹੈਗਾ ਤੈਨੂੰ ਕੰਮ ਨਹੀਂ 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 ਨਾਨੂ ਰਿਓ ਚਾਹ ਪੀਣ ਆਉਣਗੇ ਜੀ ਹੁਣ ਆਉਣ ਵਾਲੇ ਨੇ ਤਾਂ ਚਾਹ ਉੱਥੇ ਲੈ ਜਾਓ ਉਹ ਕਈ ਵਾਰੀ ਟਾਈਮ ਘੱਟ ਹੁੰਦਾ ਸੱਥ ਵਾਲੇ ਬੰਦੇ ਕੋਲ ਚਾਹ ਪਾਣੀ ਤਾਂ ਉੱਥੇ ਹੀ ਪੁੱਪੜਦਾ ਕਰਿਆ ਕਰੋ ਲੈ ਆਪਾਂ ਬਾਗ ਚੱਲਦੇ ਜੀ ਆਪਾਂ ਆ ਚੱਲ ਮੈਨੂੰ ਲੈ ਚੱਲ ਮੈਨੂੰ ਕੋਈ ਜਾ ਰਿਹਾ ਚੱਲ ਨਾਲੇ ਖੇਤ ਗੇੜਾ ਮਾਰੇ ਨਾ ਖੇਤ ਤਾਂ ਕੋਈ ਨਹੀਂ ਖੇਤਾਂ 'ਚ ਹੀ ਰਹਿੰਦੇ ਆਪਾਂ ਕਿ ਹੁਣ ਬਾਹਰ ਆਏ ਹਾਂ ਚੱਲ ਚੱਲ ਫੇਰ ਵੀ ਹੱਥ ਰੱਖ ਜੋ ਨਾਨੂੰ ਨਾ ਲੈ ਬਾਹ ਨਹੀਂ ਤੇਰੀ ਚੱਲ ਬਈ ਇਹਦਾ ਕੀ ਪਤਾ ਮੇਰੀ ਲੜਾਈ ਪੈ ਜਾ ਮੈਂ ਖੇਤੋਂ ਸਿੱਧੀ ਬੱਸ ਨੂੰ ਚੜ੍ਹ ਜਾ ਨਾ ਨਾਨੂੰ ਆ ਘਰੇ ਆਇਓ ਮੁੰਡੇ ਦੇ ਕਿ ਸੁੱਖ ਨੂੰ ਕੀ ਲੋੜ ਸੀ ਕੋ ਟੈਟੂ ਹਾਏ
ਨੀ ਮੈਂ ਮਰ ਜਾਣੀ ਨੀ ਏਦੂ ਤਾਂ ਨਾ ਤੇਰੀ ਮਾਂ ਨੂੰ ਇਹ ਲਿਆਉਂਦੀ ਉਹ 2 ਘੰਟੇ ਗੱਲਾਂ ਬਾਤ ਮਾਰ ਲੈਂਦੀ ਨੀ ਗਲਤੀ ਆਪਦੀ ਆ ਆਪਦੀ ਕੀ ਗਲਤੀ ਹੈ ਚਲ ਆਪਾਂ ਤਾਂ ਕੁਛ ਨਹੀਂ ਆ ਸੁੱਖ ਦੇਖੀ 10 ਕਿੱਲੇ ਲੈ ਐਂ ਕਰੀਏ ਤੂੰ ਸਿੱਧਾ ਕਹਿ ਵੀ 10 ਕਿੱਲੇ ਆ ਫਿਰ ਬੰਦੇ ਨੂੰ ਸ਼ੱਕ ਤਾਂ ਹੁੰਦਾ ਹੀ ਆ ਨੀ ਤੇਰਾ ਨਾਨਾ ਮੂੰਹ 'ਚ ਤਾਂ ਬੋਲ ਨਹੀਂ ਕੱਢਣ ਦਿੰਦਾ ਕਿਸੇ ਨੂੰ ਕੀ ਕਰੇ ਬਦਲਾ ਤਾ ਮੇਰੇ ਜਵਾਕ ਮੈਨੂੰ ਐਂ ਡਰ ਲੱਗੀ ਜਾਂਦਾ ਹੁਣ ਉੱਧਰ ਲੈ ਗਏ ਤੇਰੇ ਪਾਪੇ ਦਾ ਪਤਾ ਹੀ ਆ ਵੀ ਬਸ ਨਰਮ ਹੀ ਆ ਫਿਰ ਕੀ ਕਰਾਂਗੇ ਭਾਈ ਸਾਡਾ ਤਾਂ ਸਾਰਾ ਟੱਬਰ ਨਰਮੇ ਆ ਇਹ ਤਾਂ ਸੋਡੇ ਹੀ ਪਤਾ ਨਹੀਂ ਕੀ ਅੱਗ ਖਾ ਕੇ ਜੰਮੇ ਨੇ ਪਤਾ ਨਹੀਂ ਕੀ ਤੇਰੀ ਮਾਂ ਵੀ ਭਰਿੰਡਾ ਖਾ ਕੇ ਜੰਮੀ ਹੋਈ ਹੈ ਤੇਰਾ ਨਾਨਾ ਵੀ ਭਰਿੰਡਾ ਖਾ ਕੇ ਜੰਮਿਆ ਲੱਗਦਾ ਮੈਨੂੰ ਤਾਂ ਹੁਣ ਕੀ ਕਰੀਏ ਕੀ ਕਰੀਏ ਆ ਲੈ ਜਲੇਬੀਆਂ ਐਂ ਨਹੀਂ ਪਤਾ ਮੈਂ ਨਹੀਂ ਖਾਂਦੀ ਭੈਣੇ ਉਹਦੇ ਵਾਂਗੂ ਬੋਲਿਆ ਜਾਵੇ ਆ ਚੱਕ ਤੂੰ ਖਾ ਲੈ ਦੇਖੀ ਤੇਰੇ ਨਾਨੇ ਨੂੰ ਤਾਂ ਖਾਣ ਦਾ ਵਿਲੱਖਣ ਨਹੀਂ ਅੱਧਾ ਤਾਂ ਥੱਲੇ ਡੋਲ ਗਿਆ ਚੱਲ ਕੋਈ ਨਾ ਚੱਲ ਠੀਕ ਹੈ ਜੱਟਾਂ ਦੇ ਘਰ ਬਾਰ ਤਾਂ ਇਹੋ ਜਿਹੀ ਹੁੰਦੇ ਨੇ ਆਪਣੇ ਤੈਨੂੰ ਪਤਾ ਹੈ ਮੰਗ ਮੰਗੋਤੀ ਦੱਸ ਸਿਰਾ ਕੀ ਹੈ ਕਿਉਂ ਤੇਰੀ ਮਾਂ ਨਾਲ ਮੈਂ ਨੀ ਗੱਲ ਕਰੀ ਬੁੜੀਆਂ ਨਾਲ ਇਹੋ ਜਿਹੀ ਗੱਲ ਕਰਦਾ ਮੈਂ ਚੰਗਾ ਨਹੀਂ ਲੱਗਦਾ ਮੰਗ ਤਾਂ ਕੋਈ ਨਹੀਂ ਹੈਗੀ ਇੱਥੇ ਚੁੱਪ ਕਰ ਜਾ ਮੰਗ ਕਿਉਂ ਨਹੀਂ ਹੈਗੀ ਮੈਨੂੰ 15 ਕੀ ਲਿਆਉਂਦੀ ਛਾਪ ਲਾ ਲਾ ਜਦੋਂ ਮੇਰਾ ਛਾਕ ਹੋਇਆ ਨਵਾਂ ਲੁੱਕ ਸਾਈਕਲ ਉਦਾਂ ਜਾਂ ਤੱਕ ਮੇਰੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਬਲੈਕ ਐਂਡ ਵਾਈਟ ਟੀਵੀ ਪੇਟੀਆਂ ਅਲਮਾਰੀਆਂ ਉਹ ਅਗਲੇ ਨੇ ਆਪਦੀ ਕੁੜੀ ਨੂੰ ਦਿੱਤਾ ਮੰਗ ਤਾਂ ਪਤਾ ਹੁੰਦੀ ਹੈ ਇਹੋ ਜਿਹੀ ਗੱਲ ਨਹੀਂ ਤੂੰ ਝੂਠ ਨਾ ਫਿਰ ਕੋਈ ਗਾਣ ਮੀਣਾ ਫਿਰ ਕੋਈ ਗਾਣ ਮੀਣਾ ਗੱਲ 'ਚ ਜਿਹੜੀ ਤੂੰ ਮੰਗ ਨਹੀਂ ਜਾ ਰਿਹਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਧੰਨਵਾਦ ਤੁਸੀਂ ਕਿਸਮਤ ਦੀਆਂ ਗੱਲਾਂ ਨੂੰ ਇੰਨਾ ਪਿਆਰ ਦੇ ਰਹੇ ਹੋ ਪਰ ਥੋੜ੍ਹੀ ਜਿਹੀ ਤੁਹਾਡੇ ਨਾਲ ਨਾਰਾਜ਼ਗੀ ਵੀ ਹੈ ਤੁਸੀਂ ਕਮੈਂਟ ਲਾਈਕ ਸ਼ੇਅਰ ਨਹੀਂ ਕਰਦੇ ਅਤੇ ਅੱਜ ਇਸ ਵੀਡੀਓ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਕੇ ਇਹ ਦੱਸਣਾ ਕਿ ਇਹ ਵੀਡੀਓ ਬੰਦ ਕਰੀਏ ਜਾਂ ਵੀਡੀਓ ਚੱਲਦੀ ਰਹਿਣ ਦਿਓ ਜੇ ਤੁਹਾਡੇ 100+ ਹਾਂ ਦੇ ਵਿੱਚ ਹੋਏ ਤਾਂ ਇਹ ਵੀਡੀਓ ਚੱਲੂਗੀ ਜੇ ਤੁਹਾਡੇ 100+ ਕਮੈਂਟ ਨਾ 'ਚ ਹੋਏ ਤਾਂ ਇਹ ਵੀਡੀਓ ਆਪਾਂ ਬੰਦ ਕਰ ਦਾਂਗੇ ਸੋ ਅੱਜ ਕਮੈਂਟ ਤੁਸੀਂ ਵੱਧ ਤੋਂ ਵੱਧ ਕਰਨਗੇ ਥੈਂਕ ਯੂ